ਪੰਚਕੂਲਾ ਦੇ ਵਿੱਚ ਹੋਈ ਹਿੰਸਾ ਦਾ ਠੀਕਰਾ ਪੰਜਾਬ ਦੇ ਸਿਰ ਤੇ ਫੋੜਨ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪੰਜਾਬ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ। ਇਸੇ ਕੜੀ ਦੇ ਵਿੱਚ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਦੇ ਵਿੱਚ ਵੀ ਕਾਂਗਰਸੀ ਲੀਡਰਾਂ ਦੇ ਵੱਲੋਂ ਮਨੋਹਰ ਲਾਲ ਖੱਟਰ ਦਾ ਪੁਤਲਾ ਸਾੜ ਕੇ ਆਪਣਾ ਰੋਸ ਜਤਾਇਆ ਗਿਆ। ਇਸ ਮੌਕੇ ਤੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਕਿ ਜੋ ਉਹਨਾਂ ਨੇ ਬਿਆਨ ਦਿੱਤਾ ਉਹ ਬਿਲਕੁਲ ਗਲਤ ਹੈ ਅਤੇ ਉਹਨਾਂ ਨੂੰ ਆਪਣਾ ਬਿਆਨ ਵਾਪਿਸ ਲੈਣਾ ਚਾਹੀਦਾ। ਇਹ ਮਨੋਹਰ ਲਾਲ ਖੱਟਰ ਦਾ ਪੁਤਲਾ ਫੂਕਿਆ ਗਿਆ ਜੀ, ਹਰਿਆਣੇ ਦੇ ਮੁੱਖ ਮੰਤਰੀ ਦਾ ਬਕਵਾਸਬਾਜ਼ੀ ਕਰ ਰਿਹਾ ਸੀ, ਵੀ ਸ਼ਰਮ ਇਨਸਾਨ ਹੈ, ਆਪਣੀਆਂ ਨਾਕਾਮੀਆਂ ਦਾ ਠੀਕਰਾ ਪੰਜਾਬ ਸਰਕਾਰ ਦੇ ਸਿਰ ਤੇ ਭਰ ਰਿਹਾ। ਇਹਨੂੰ ਇੰਨਾ ਨਹੀਂ ਪਤਾ ਕਿ ਜਿਸ ਸਮੇਂ ਹਰਿਆਣੇ ਦੇ ਅੰਦਰ ਦੰਗਿਆਂ ਦੀ ਚਿੰਗਾਰੀ ਛਿੜੀ ਹੋਈ ਸੀਗੀ, ਹੁਣ ਉਹ ਚਿੰਗਾਰੀ ਛਿੜਨ ਤੋਂ ਬਾਅਦ ਇਹ ਤਾਂ ਆਪਣੇ ਘਰ ਬੈਠਾ ਆਰਾਮ ਫਰਮਾ ਰਿਹਾ ਸੀ। ਪਰ ਸਾਡੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਜੋ ਕਿ ਉਸ ਸਮੇਂ ਨਾ ਉਹਨਾਂ ਦਿਨ ਰਾਤ ਦੀ ਪਰਵਾਹ ਨਹੀਂ ਕੀਤੀ, ਲੋਕਾਂ ਨੂੰ ਉਹਨਾਂ ਨੇ ਅਮਨ ਸ਼ਾਂਤੀ ਬਹਾਲ ਕਰਨ ਦੀ ਅਪੀਲ ਕੀਤੀ, ਬਾਹਰ ਨਿਕਲ ਗਏ ਔਰ ਸਾਰਿਆਂ ਨੂੰ ਉਹਨਾਂ ਨੇ ਆਪ ਜਾ ਕੇ ਜਿਹੜੇ ਫੌਜ ਵਾਲੇ ਦਸਤੇ ਸੀਗੇ ਜਾਂ ਪੁਲਿਸ ਬਲ ਜਿਹੜੇ ਉੱਥੇ ਖੜ੍ਹੇ ਸੀ ਉਹਨਾਂ ਸਾਰਿਆਂ ਜਾ ਕੇ ਫਰੂਟ ਵੀ ਵੰਡਿਆ ਔਰ ਸਾਰਿਆਂ ਜਾ ਕੇ ਆਪ ਮਿਲੇ ਔਰ ਸਾਰਿਆਂ ਦਾ ਹੌਸਲਾ ਵਧਾਇਆ। ਲੇਕਿਨ ਇਹਨੇ ਕੀ ਕੀਤਾ, ਜੇ ਉੱਥੇ ਅਮਨ ਬਹਾਲ ਕਰਨਾ ਚਾਹੁੰਦਾ ਸੀਗਾ ਤਾਂ ਇਸਨੂੰ ਉੱਥੇ ਪੁਖਤਾ ਇੰਤਜ਼ਾਮ ਕਰਨੇ ਚਾਹੀਦੇ ਸੀ। ਅਦਾਲਤ ਨੇ ਟਾਈਮ ਦਿੱਤਾ ਸੀ 25 ਤਰੀਕ ਤੱਕ ਦਾ, ਵੀ 25 ਤਰੀਕ ਨੂੰ ਅਸੀਂ ਫੈਸਲਾ ਸੁਣਾਵਾਂਗੇ। ਇਹ ਆਪਣੀਆਂ ਨਾਕਾਮੀਆਂ ਤੋਂ ਭਜਦੇ ਹੋਏ ਜੋ ਆਪਾਂ ਦੇਖੀਏ, ਹਰਿਆਣੇ ਦੇ ਦੰਗਿਆਂ ਦੀ ਚਿੰਗਾਰੀ ਪੰਜਾਬ ਦੇ ਅੰਦਰ ਗਿਰੀ ਹੈ, ਨਾ ਕਿ ਪੰਜਾਬ ਦੇ ਦੰਗਿਆਂ ਦੀ ਚਿੰਗਾਰੀ ਹਰਿਆਣੇ ਦੇ ਅੰਦਰ, ਜਿਹੜਾ ਬਲੇਮ ਕਰ ਰਿਹਾ ਜੇ ਆਪਣਾ ਘਰ ਨਹੀਂ ਸੰਭਾਲ ਸਕਦਾ। ਇਹਦੇ ਹਾਲਾਤ ਦੇਖੋ, 2-3 ਦਿਨ ਪਹਿਲਾਂ ਗੁੜਗਾਉਂ ਦੇ ਅੰਦਰ ਇੱਕ ਨਿੱਕੇ ਜਿਹੇ ਬੱਚੇ ਦਾ ਕਤਲ ਹੋਇਆ, ਪਰਸੋਂ ਤੋਂ ਫਰੀਦਾਬਾਦ ਦੇ ਅੰਦਰ ਬੱਚੇ ਦਾ ਕਤਲ ਹੋਇਆ, ਉੱਥੇ ਰੌਲਾ ਪਿਆ ਹੋਇਆ। ਰਾਤ ਤੁਹਾਡੇ ਮੀਡੀਆ ਦੇ ਰਾਹੀਂ ਮੈਂ ਦੇਖ ਰਿਹਾ ਸੀਗਾ ਕਿ ਹਰਿਆਣੇ ਦੇ ਅੰਦਰ ਫਰੀਦਾਬਾਦ ਦੇ ਅੰਦਰ ਇੱਕ ਠੇਕਾ ਬੰਦ ਕਰਾਉਣ ਦੇ ਪਿੱਛੇ ਲੋਕਾਂ ਨੂੰ ਪਥਰਾਅ ਕਰਨਾ ਪਿਆ, ਲੋਕਾਂ ਨੂੰ ਉੱਥੇ ਬੈਠ ਕੇ ਕਰਨਾ ਪਿਆ। ਜਿਹਦੇ ਕੋਲ ਨਹੀਂ ਸੈਸ਼ਨ ਚੱਲ ਰਿਹਾ ਤਾਂ ਆਪਣਾ ਘਰ ਬਹਿ ਜੇ, ਦੂਜਿਆਂ ਨੂੰ ਪ੍ਰੋਬਲਮ ਨਾ ਕਰੇ। ਔਰ ਅਸੀਂ ਚੇਤਾਵਨੀ ਦਿੰਦੇ ਹਾਂ ਕਿ ਜੇ ਇਸਨੇ ਕੋਈ ਹਰਕਤ ਇਹੋ ਜਿਹੀ ਮੁੜ ਕੇ ਕੀਤੀ ਤਾਂ ਇਹੀ ਪੁਤਲੇ ਦੇ ਘਰ ਦੇ ਅੱਗੇ ਅਸੀਂ ਜਾ ਕੇ ਹਰਿਆਣੇ 'ਚ ਚੁੱਕਾਂਗੇ। ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।